ਭੁੱਕੀ ਦਾ ਨੁਕਸਾਨ ਜਿਹੜਾ ਬੰਦਾ ਗਿਣਿਆ ਦੇ ਹਾਂਜੀ ਉਹਨੂੰ ਮੈਂ 1 ਕਰੋੜ ਰੁਪਇਆ ਦੇਵਾਂਗਾ ਇਨਾਮ 'ਚ। ਚਲੋ ਸ਼ਰਾਬ ਵਾਲੇ ਨੂੰ ਵਿਆਹ 'ਚ 2 ਪੈਗ ਲਵਾ ਦਿਓ, ਹਾਂਜੀ ਉਹ ਸਾਡਾ ਕੁੱਟ ਖਾ ਕੇ ਨਿਕਲੂ। ਚਿੱਟੇ ਤੋਂ ਡਰੈਗਾਂ ਤੋਂ ਨਸ਼ਿਆਂ ਤੋਂ ਬਚਣਗੇ ਟੀਕੇ ਲਾਉਂਦੇ ਨੇ ਜਿਹੜੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਅੱਜ ਦੇ ਆਪਣੀ ਇਸ ਐਕਸਕਲੂਸਿਵ ਇੰਟਰਵਿਊ ਦੇ ਵਿੱਚ। ਅੱਜ ਸਾਡੇ ਨਾਲ ਬੈਠੇ ਨੇਗੇ ਨਹਿਲ ਸਾਹਿਬ। ਨਹਿਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅੱਜ ਤੁਹਾਡੇ ਅੱਜ ਇਹਨਾਂ ਨਾਲ ਇੱਕ ਬਹੁਤ ਹੀ ਖਾਸ ਮੁੱਦੇ ਤੇ ਗੱਲਬਾਤ ਕਰਾਂਗੇ। ਲੋਕੀ ਕਹਿ ਰਹੇ ਹੈਗੇ ਵੀ ਭੁੱਕੀ ਦੇ ਨੁਕਸਾਨ ਬਹੁਤ ਜ਼ਿਆਦਾ ਨੇ, ਜਿਹੜਾ ਬੰਦਾ ਭੁੱਕੀ ਫੀਮ ਖਾਂਦਾ। ਉਸੇ ਮੁੱਦੇ ਤੇ ਅੱਜ ਨਹਿਲ ਸਾਹਿਬ ਨਾਲ ਗੱਲ ਕਰਾਂਗੇ। ਨਹਿਲ ਸਾਹਿਬ ਕੀ ਹਾਲ ਨੇ ਜੀ? ਠੀਕ ਆ ਜੀ, ਬਹੁਤ ਵਧੀਆ ਬਹੁਤ ਵਧੀਆ। ਇੱਕ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਇੱਕ ਨਾ ਬਹੁਤ ਦਿਨਾਂ ਦੀਆਂ ਉਹ ਵੀਡੀਓ ਵਾਇਰਲ ਹੋ ਰਹੀਆਂ ਵੀ ਭੁੱਕੀ ਦੇ ਨੁਕਸਾਨ ਬਹੁਤ ਜ਼ਿਆਦਾ ਨੇ, ਕੀ ਕਹਿਣਾ ਚਾਹੋਗੇ ਜੀ? ਪਹਿਲੀ ਵਾਰ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਭੁੱਕੀ ਦਾ ਨੁਕਸਾਨ ਜਿਹੜਾ ਬੰਦਾ ਗਿਣਿਆ ਦੇ, ਹਾਂਜੀ ਉਹਨੂੰ ਮੈਂ 1 ਕਰੋੜ ਰੁਪਇਆ ਦੇਵਾਂਗਾ ਇਨਾਮ 'ਚ। ਅਸੀਂ 1 ਕਰੋੜ ਰੁਪਇਆ ਜੇ ਕੋਈ ਭੁੱਕੀ ਦੇ ਨੁਕਸਾਨ ਗਿਣਾ ਦੇ। ਅੱਛਾ ਜੀ, ਫਾਇਦੇਮੰਦ ਚੀਜ਼ ਹੈ ਇਹ। ਅੱਛਾ ਜੀ, ਹਾਂ ਕੀ ਕੀ ਫਾਇਦੇ ਨੇਗੇ ਹੁਣ ਸਾਨੂੰ ਫਾਇਦਿਆਂ ਬਾਰੇ ਵੀ ਚਾਨਣਾ ਪਾ ਦਿਓ ਜੀ। ਉਹ ਵੀ ਦੱਸ ਦਿਆਂ। ਹੁਣ ਆਪਣੇ ਵਿਆਹ 'ਚ ਲੈ ਜਾਓ ਕਿਸੇ ਨੌਜਵਾਨ ਮੁੰਡੇ ਨੂੰ, ਹਾਂਜੀ ਭੁੱਕੀ ਦੇ ਲਵਾ ਦੋ 2 ਕਾਰਡ। ਅੱਛਾ ਜੀ, ਉਹ ਗਰੰਟੀ ਆ ਭੈਣ ਜੀ ਮਾਤਾ ਜੀ ਭੂਆ ਜੀ ਪੁੱਪੀ ਜੀ ਸਭ ਤੇ ਅਸੀਸਾਂ ਲਊਗਾ, 200 ਬੰਦੇ ਦੀਆਂ ਅਸੀਸਾਂ ਲਊ। ਸ਼ਰਾਬ ਵਾਲੇ ਨੂੰ ਵਿਆਹ 'ਚ 2 ਪੈਗ ਲਵਾ ਦਿਓ, ਹਾਂਜੀ ਉਹ ਸਾਡਾ ਕੁੱਟ ਖਾ ਕੇ ਨਿਕਲੂ। ਸਹੀ ਗੱਲ ਆ, ਖਰੇ ਗੱਲ ਤੁਹਾਡੀ ਮੰਨਣ ਯੋਗ ਹੈ ਕਿ ਵੀ ਜਿਹੜਾ ਪੈਗ ਲਾ ਲਿਓ ਤਾਂ ਜਦੋਂ ਰੇੜੀਆਂ 'ਚ ਪਾ ਕੇ ਚੱਕ ਕੇ ਲਿਆਉਣਾ ਪੈਂਦਾ ਕਹਿੰਦੇ ਕੁੱਟ ਖਾ ਕੇ ਆਉਂਦਾ ਹੁੰਦਾ, ਹਨਾ। ਤੇ ਬਾਕੀ ਲੋਕ ਕਹਿ ਰਹੇ ਹੈਗੇ ਵੀ ਇਹ ਸਰਕਾਰ ਪ੍ਰਮੋਟ ਕਿਉਂ ਨਹੀਂ ਕਰ ਰਹੀ ਵੀ ਜਦੋਂ ਇਹਦੇ ਫਾਇਦੇ ਨੇਗੇ, ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ? ਸਰਕਾਰ ਦੀ ਨਲਾਇਕੀਆਂ ਜੀ, ਬਾਹਰ ਵੀ ਸਾਰੇ ਕਿਤੇ ਚੱਲੀਆਂ ਨਾ, ਠੀਕ ਹੈ ਜੀ, ਭੁੱਕੀ ਫੀਮ ਵਜਦੀ ਆ, ਹਾਂਜੀ ਇਹੋ ਜਿਹੀ ਗੱਲ ਨਹੀਂ ਗੀ। ਬਾਕੀ ਰਾਜਸਥਾਨ ਦੇ ਵਿੱਚ ਵੀ ਖੁੱਲ ਦਿੱਤੀ ਹੋਈ ਹੈਗੀ, ਜੇ ਤੁਸੀਂ ਦੇਖਿਆ ਹੋਵੇ ਹਨਾ ਵੀ ਉੱਥੇ ਖੁੱਲ ਹੈਗੀ, ਲਾਇਸੈਂਸ ਬਣਾ ਕੇ ਦਿੱਤੇ ਗਏ ਨੇਗੇ ਉੱਥੇ। ਹਾਂ, ਉਹ ਖੇਤਾਂ ਦੇ ਵਧੀਆ ਜਿੱਥੇ ਕੋਈ ਸਿਸਟਮ ਆ ਉੱਥੇ ਖੇਤਾਂ ਦੇ ਬਣਾ ਕੇ ਦਿੱਤੇ ਨੇ, ਹਾਂਜੀ ਲਾਇਸੈਂਸ ਨੇ। ਉਹ ਪੰਜਾਬ 'ਚ ਕਿਉਂ ਨਹੀਂ? ਜੋ ਰਾਜਸਥਾਨ ਨੇ ਸਟੇਟ ਤਾਂ ਹਿੰਦੁਸਤਾਨ ਦੀ ਸਟੇਟ ਤਾਂ ਅਲੱਗ ਅਲੱਗ ਹੈਗੀਆਂ ਨੇ, ਹਾਂਜੀ ਉਹਦੇ 'ਚ ਹੈਗਾ ਤਾਂ ਹੈ ਨਾ, ਪੰਜਾਬ ਤਾਂ ਹੈਗਾ ਹੈਗਾ, ਹਾਂਜੀ ਹਾਂ। ਉਹਦੇ ਵਿੱਚ ਆਪਾਂ ਕਹਿੰਦੇ ਆ ਵੀ ਪੰਜਾਬ ਨੂੰ ਵੀ ਖੁੱਲ੍ਹ ਦਿੱਤੀ ਹੈ, ਕਨਾਲ ਦੀ ਦੇ ਦੇਣ, ਕੋਈ ਗੱਲ ਨਹੀਂ ਘੱਟ ਕਰ ਲੈਣਗੇ ਲੋਕ, ਵਧੀਆ ਜਿੱਥੇ ਥਾਂ ਨੇ ਉੱਥੇ ਦੇਣੀ ਚਾਹੀਦੀ ਆ। ਤੁਹਾਡੇ ਕਹਿਣ ਦਾ ਮਤਲਬ ਵੀ ਲਾਇਸੈਂਸ ਦੇਣੇ ਚਾਹੀਦੇ। ਤੇ ਬਾਕੀ ਜੇ ਗੱਲ ਕਰੀਏ ਵੀ ਇਹਦੇ ਨਾਲ ਜਿਵੇਂ ਹੁਣ ਦੂਜੀਆਂ ਖੇਤੀਆਂ ਨੇ, ਕਿਤੇ ਉਹ ਖੇਤੀ 'ਚੋਂ ਵੀ ਨਾ ਕੁਛ ਬਚਿਆ ਕਰੇ, ਉਦੋਂ ਵੀ ਜ਼ਿਆਦਾ ਕਰਜ਼ਾ ਚੜ੍ਹ ਜਾਏ, ਉਸ ਬਾਰੇ ਕੀ ਕਹਿਣਾ ਚਾਹੋਗੇ? ਬਚੂਗਾ, ਬਚੂ ਕਿਉਂ ਨਹੀਂ, ਹਾਂਜੀ ਕਿਉਂ ਨਹੀਂ ਬਚੂਗਾ, ਸਾਡੇ ਨੌਜਵਾਨ ਹੀ ਬਚਣਗੇ। ਅੱਛਾ ਜੀ, ਜਿਹੜੇ ਚਿੱਟੇ ਤੋਂ ਡਰੈਗਾਂ ਤੋਂ ਨਸ਼ਿਆਂ ਤੋਂ ਬਚਣਗੇ ਟੀਕੇ ਲਾਉਂਦੇ ਨੇ ਜਿਹੜੇ, ਉਹ ਨੌਜਵਾਨ ਚਲੋ ਘੱਟੋ ਘੱਟ ਭੁੱਕੀ ਖਾ ਲੈਣਗੇ, ਹਾਂਜੀ ਉਹ ਨਸ਼ਾ ਨਹੀਂ ਹੈਗਾ। ਖਰ ਇਹ ਗੱਲ ਵੀ ਮੰਨਣ ਯੋਗ ਹੈਗੀ ਵੀ ਭੁੱਕੀ ਖਾ ਕੇ ਬੰਦਾ ਕੰਮ ਬਹੁਤ ਜ਼ਿਆਦਾ ਕਰਦਾ, ਬਹੁਤ ਜ਼ਿਆਦਾ ਕਰਦਾ ਕੰਮ, ਜ਼ੋਰਾਂ ਨਾਲ ਕੰਮ ਕਰਦਾ, ਵੱਟਾਂ ਤੇ ਲਾ ਦੀ ਤੂੰ ਇੱਕ ਚਿੱਟੇ ਵਾਲੇ ਨੂੰ ਜਾਂ ਨਸ਼ੇ ਵਾਲੇ ਨੂੰ ਲਾ ਦੀ ਤੂੰ, ਹਾਂਜੀ ਜੋ ਉਠਕੜੇ ਵੱਟ ਤੂੰ, ਹਾਂਜੀ ਇੱਕ ਭੁੱਕੀ ਫੀਮ ਵਾਲੇ ਨੂੰ ਲਾ ਦੀ, ਹਾਂਜੀ ਉਹ ਦੇਖੀ ਖੇਤੀ ਕੰਮ ਕਰਦਾ, ਪਸ਼ੂ ਨਵਾਉਣ ਤੇ ਲਾ ਦੀ, ਹਾਂਜੀ ਉਹਦਾ ਉੱਥੇ ਹੀ ਉਲਝਿਆ ਰਹੂਗਾ। ਸਹੀ ਗੱਲ ਹੈ, ਦੂਜੇ ਨਸ਼ੇ ਵਾਲੇ ਦਾ, ਹਾਂਜੀ ਭੁੱਕੀ ਫੀਮ ਵਾਲਾ ਨਮਾਰੂਆ ਚਲਕਿਆ ਦੂ ਜਮਾ ਪਸ਼ੂਆਂ ਨੂੰ। ਅੱਛਾ ਜੀ, ਹਾਂ ਸੋ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਭੁੱਕੀ ਵਗੈਰਾ ਤੇ ਖੁੱਲ ਦਿੱਤੀ ਜਾਵੇ, ਕਨਾਲ ਘੱਟੋ ਘੱਟ ਕਨਾਲ ਦੇ ਲਾਇਸੈਂਸ ਦਿੱਤੇ ਜਾਣ। ਬਾਕੀ ਜੇ ਇਸ ਬਾਰੇ ਕੋਈ ਆਵਾਜ਼ ਚੱਕਦਾ ਤਾਂ ਉਹਦੇ ਤੇ ਪਰਚਾ ਕਰ ਦਿੱਤਾ ਜਾਂਦਾ, ਜਿਵੇਂ ਕਿ ਬਾਈ ਭਾਨੇ ਸਿੱਧੂ ਨਾਲ ਹੋਈ ਸੀਗੀ, ਉਸ ਬਾਰੇ ਕੀ ਕਹਿਣਾ ਚਾਹੋਗੇ? ਉਹ ਤਾਂ ਸਰਕਾਰਾਂ ਹੀ ਇਹਨਾਂ ਲਿਖੀਆਂ ਨੇ, ਜੇ ਇਹ ਜੇ ਨੌਜਵਾਨ ਮੁੰਡੇ ਚੱਕਦੇ ਨੇ ਆਵਾਜ਼, ਉਹ ਚੰਗੇ ਵਾਸਤੇ ਚੱਕਦੇ ਨੇ, ਕਿਉਂਕਿ ਸਾਡੇ ਮੁੰਡੇ ਨਸ਼ਿਆਂ ਤੇ ਦੂਜਿਆਂ ਦੇ ਨਾ ਜਾਣ, ਗੈਰ ਨਸ਼ਿਆਂ ਤੇ, ਉਹਦੇ ਕਰਕੇ ਉਹ ਚੱਕ ਰਹੇ ਨੇ ਆਵਾਜ਼, ਹਾਂਜੀ ਉਹ ਤਾਂ ਹੋਰ ਵੀ ਧਮਕੀਆਂ ਦੇ ਰਹੇ ਨੇ। ਸੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਕਿਸੇ ਅਗਲੀ ਵੀਡੀਓ